ਯਾਰ 2 ਘੰਟੇ ਡੀਲ ਹੁੰਦਾ ਬਟ ਉਹਨਾਂ ਮਿਲ ਗਿਆ। ਉਹ ਬੰਦੇ ਬਸ਼ ਵਿਚਾਰੇ ਬੈਠਦੇ ਨੇ ਜਿਹੜੇ ਆਪਣੇ ਰੋਜ਼ਗਾਰ ਵਾਸਤੇ ਆਪਣਾ ਸੋਹਣਾ ਮੁਲਕ ਛੱਡ ਕੇ ਦੂਸਰੇ ਮੁਲਕ ਜਾਣਾ ਜਾ ਰਹੇ ਨੇ, ਕਿਉਂਕਿ ਪਾਕਿਸਤਾਨ 'ਚ ਤਰੱਕੀ ਬਹੁਤ ਹੋ ਗਈ ਇਸ ਵਜ੍ਹਾ ਤੋਂ ਹੁਣ। ਅਤੇ ਯਾਰ ਮੈਡੀਕਲ ਕਰਵਾ ਕੇ ਫਾਈਨਲੀ ਮੈਂ ਨਿਕਲ ਆਇਆ, 2 ਵਜੇ ਦਾ ਟਾਈਮ ਹੋ ਗਿਆ, ਨਮਾਜ਼ ਨਮੂਜ਼ ਪੜ੍ਹਨੇ ਆ, ਕੁਛ ਖਾਣੇ ਪੀਣੇ ਆ, ਅਤੇ ਅਲੀ ਦਾ ਵੇਟ ਕਰਨਾ ਮੈਂ ਨਾਲੇ। ਕੈਸਾ ਲੱਗਾ ਮੇਰਾ ਮਜ਼ਾਕ? ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ, ਉਮੀਦ ਕਰਾਂ ਕਿ ਤੁਸੀਂ ਠੀਕ ਠਾਕ ਹੋਵੋਗੇ। ਅਤੇ ਅੱਜ ਦੇ ਵਲੌਗ ਜੀ ਬਹੁਤ ਹੀ ਜ਼ਿਆਦਾ ਅੱਛਾ ਹੋਣ ਵਾਲਾ, ਕਿਉਂਕਿ ਟਾਈਮ ਦੇਖੋ ਇਹ ਹੋਇਆ ਸੁਬਹਾ ਦੇ 4 ਵਜੇ ਨਾ, ਇਹ ਅਜ਼ਾਨਾਂ ਹੋਈਆਂ ਨਾ, ਇਹ ਹੁਣੀ ਥੋੜ੍ਹੀ ਦੇਰ ਹੋਈ, ਤਕਰੀਬਨ 5 ਮਿੰਟ ਮੈਂ ਨਮਾਜ਼ ਪੜ੍ਹ ਕੇ ਆ ਗਿਆ। ਅਤੇ ਅੱਜ ਤੁਹਾਡਾ ਵੀਰ ਜਾ ਰਿਹਾ ਜੀ ਡਾਕਟਰੀ ਕਰਾਉਣ, ਇੰਨੀ ਕਿ ਵੀਜ਼ੇ ਦਾ ਅਪਲਾਈ ਕਰਨਾ ਨਾਲ ਅਤੇ ਨਾਲ ਡਾਕਟਰੀ ਕਰਾਉਣੀ, ਸਰਪ੍ਰਾਈਜ਼ ਆ, ਜਾ ਕੇ ਉੱਥੇ ਵੇਖਣਾ ਕਿ ਕਿਸ ਤਰ੍ਹਾਂ ਅਪਲਾਈ ਕਰਨੇ ਆ। ਅਤੇ ਦੇਖੋ ਜੀ ਵਾਮ ਸਾਰੀ ਸੁੱਤੀ ਪਈ ਆ, ਅਤੇ ਗੱਡੀ ਦਾ ਟਾਈਮ ਹੋ ਗਿਆ, 10 ਮਿੰਟ ਰਹਿ ਗਿਆ, ਅਤੇ ਮੈਂ ਸਟਾਪ ਤੱਕ ਜਾਂਦੇ ਤਕਰੀਬਨ ਟਾਈਮ ਲੱਗ ਜਾਣਾ। ਅਤੇ ਉਸ ਤੋਂ ਪਹਿਲੇ ਪਹਿਲੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲੈਣਾ, ਅਤੇ ਬੈਲ ਵੀ ਦਬਾ ਦੇਣਾ, ਅਤੇ ਇਨਸ਼ਾਅੱਲਾ ਤੁਹਾਨੂੰ ਮਿਲਣਾ ਲਾਹੌਰ ਜਾ ਕੇ। ਦੇਖੋ ਜੀ ਪਹੁੰਚੇ ਅੱਡੇ, ਸਾਰਾ ਕਰਾਸ ਕਰਕੇ ਦੂਜੀ ਸਾਈਡ 'ਤੇ ਜਾਣਾ, ਅਤੇ ਰਸ਼ ਚੈੱਕ ਕਰੋ ਅੱਜ। ਇਹ ਆਈਆਂ ਜੀ ਆਪਣੇ ਇਲਾਕੇ ਦੀਆਂ ਬੱਸਾਂ ਆ ਰਹੀਆਂ ਜੀ। ਨਾਸ਼ਤੇ ਤੋਂ ਪਹਿਲੇ ਮੈਂ ਠਾਣੂ ਨਾਲ ਸਾਹਿਬ ਕੋਲ ਪਹੁੰਚਿਆ ਹੈ ਨਾ, ਕੋਈ ਸਾਰਾ ਤਿਆਰ ਪੀਣ ਲਈ, ਅਤੇ ਉਸ ਤੋਂ ਬਾਅਦ ਚੱਲੇ ਆਪਣੀ ਲੋਕੇਸ਼ਨ 'ਤੇ, ਲੋਕੇਸ਼ਨ 'ਤੇ ਜਾ ਕੇ ਉਸ ਤੋਂ ਬਾਅਦ ਦੇਖਣਾ ਕੀ ਪ੍ਰੋਸੈਸ ਹੁੰਦਾ ਸਾਡਾ। ਰਹਾ ਨਹੀਂ ਜਾਤਾ, ਤੜਪ ਹੀ ਏਸੀ ਹੈ ਨਾ। ਇਹ ਟੋਕਨ ਵਗੈਰਾ ਤਾਂ ਅਸੀਂ ਲੈ ਲਿਆ, ਅਤੇ ਹੁਣ ਫਿਰ ਚੱਲੇ ਹਾਂ ਸਾਹਮਣੇ ਮੈਟਰੋ ਦੇ ਦਲੀਲ ਹੋਣ, ਕਿਉਂਕਿ ਰਸ਼ ਬਹੁਤ ਜ਼ਿਆਦਾ, ਅਤੇ ਕੋਈ ਟੋਕਨ ਲੈਣੇ ਫਿਰ ਚੱਲੇ ਹਾਂ ਕਲਮਾ ਚੌਕ। 2 hours later ਯਾਰ 2 ਘੰਟੇ ਦਲੀਲ ਹੋਣ ਤੋਂ ਬਾਅਦ ਟੋਕਨ ਮਿਲ ਗਿਆ। ਬਣਾਇਆ ਤਾਂ ਜੀ ਵਾਮ ਦੀ ਸਹੂਲਤ ਵਾਸਤੇ, ਲੇਕਿਨ ਵਾਮ ਜ਼ਲੀਲ ਹੋ ਗਈ ਇੱਥੇ ਆ ਕੇ। ਤੁਸੀਂ ਮੈਟਰੋ 'ਚ ਰਸ਼ ਚੈੱਕ ਕਰੋ, ਰਸ਼ ਕਿੰਨਾ ਹੋਵੇ ਤਾਂ ਅੱਜ ਤਕਰੀਬਨ 8:30 ਦਾ ਟਾਈਮ ਹੋਇਆ, ਅਤੇ ਰਸ਼ ਦੇਖੋ, ਖੜ੍ਹੇ ਹੋਣ ਜਗ੍ਹਾ ਹੈ ਨਹੀਂ ਹੈ, ਬਹਿਣ ਤਾਂ ਦੂਰ ਦੀ ਗੱਲ, ਖੜ੍ਹੇ ਹੋਣ ਜਗ੍ਹਾ ਨਹੀਂ ਹੈ, ਬੁੱਢੇ ਵਿਚਾਰੇ ਵੀ ਖਲੋਤੇ ਨਾਲ ਲਾਗੇ ਲਾਗੇ ਸਾਰੇ। A few moments later ਇਹ ਸਾਰੇ ਭਰਾ ਜਿਹੜੇ ਨਾ ਮੈਡੀਕਲ ਕਰਾਉਣ ਆਏ ਦੇ ਨਾ ਮੇਰੇ ਨਾਲ ਦੇ ਨਾ ਵਿਚਾਰੇ ਵਿਹਲੇ, ਅਤੇ ਇੱਥੇ ਮੋਬਾਈਲ ਫੋਨ ਉਹਨਾਂ ਨੇ ਇਸਤੇਮਾਲ ਕਰਨਾ ਜਿਹੜਾ ਉਹ ਅਲਾਓ ਨਹੀਂ ਸੀ ਕੀਤੇ ਦਾ, ਅਤੇ ਮੈਂ ਫਿਰ ਵੀ ਲੁੱਕ ਲੁਕਾ ਕੇ ਉਹਨਾਂ ਕੋਲ ਨਾ ਥੋੜ੍ਹੀ ਜਿਹੀ ਵੀਡੀਓ ਬਣਾ ਲਈ ਕਿ ਮੈਂ ਚੱਲ ਯਾਰ ਤੁਹਾਨੂੰ ਇਹ ਵੀ ਦੱਸ ਦਿਆਂ, ਪਰ ਤੁਸੀਂ ਵੀ ਆਪਣਾ ਢਿੱਡ ਪੁਣਾ ਖਤਮ ਕਰਨਾ ਅਤੇ ਇਹਨੂੰ ਦਾਇਕ ਲਾਜ਼ਮੀ ਕਰਨਾ। 6 hours later ਯਾਰ ਮੈਡੀਕਲ ਕਰਵਾ ਕੇ ਫਾਈਨਲੀ ਮੈਂ ਨਿਕਲ ਆਇਆ, 2 ਵਜੇ ਦਾ ਟਾਈਮ ਹੋ ਗਿਆ, ਨਮਾਜ਼ ਨਮੂਜ਼ ਪੜ੍ਹਨੇ ਆ, ਕੁਛ ਖਾਣੇ ਪੀਣੇ ਆ, ਅਤੇ ਅਲੀ ਦਾ ਵੇਟ ਕਰਨਾ ਮੈਂ ਨਾਲੇ, ਅਤੇ ਅਲੀ ਵੀ ਗਿਆ ਨਮਾਜ਼ ਪੜ੍ਹਨ, ਹੁਣ ਦੇ ਨੂੰ ਅਲੀ ਵੀ ਆ ਜਾਏਗਾ, ਅਤੇ ਦੇਖਣਾ ਫਿਰ ਕੀ ਕਰਨਾ, ਨੈਕਸਟ ਕੀ ਮੂਮੈਂਟ ਬਣਦਾ, ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ, ਪਤਾ ਨਹੀਂ ਜਾਣ ਵਾਲੀ ਵਾਪਸੀ ਗੱਡੀ ਵੀ ਮਿਲਦੀ ਆ ਜਾਂ ਨਹੀਂ ਮਿਲਦੀ, ਅਤੇ ਨੈਕਸਟ ਸਟਾਪ ਦੇਖਣਾ ਕੀ ਬਣਦਾ ਸਾਡਾ। ਮੈਂ ਦੇਖ ਲਓ ਫਿਰ ਉਹੀ ਜਗ੍ਹਾ 'ਤੇ ਮੈਂ ਆ ਗਿਆ ਜਿੱਥੋਂ ਸੁਬਹਾ ਮੈਂ ਸ਼ੁਰੂ ਕੀਤਾ ਸੀ ਵਲੌਗ, ਚੱਲ ਝੂਠਾ। ਅਤੇ ਹੁਣ ਇੱਥੋਂ ਹੀ ਮੈਂ ਵਾਪਸ ਜਾ ਰਿਹਾ, ਤਾਂ ਇੱਥੇ ਵਲੌਗ ਨੂੰ ਐਂਡ ਕਰਨਾ, ਲਾਈਕ ਸਬਸਕ੍ਰਾਈਬ ਅਤੇ ਲਾਜ਼ਮੀ ਕਰ ਦਿਓ। ਹਾਂਜੀ ਪਾਣੀ ਆ ਬੋਤਲ ਹੈ ਉੱਥੇ।